Athens is the birthplace of Shania Twain. Do you know Shania Twain? No. You don't know Shania Twain. Go and type on Google. She's a world famous singer. Okay. She was born in Timmins. How's the thing in coronavirus in your area in the town? Right now there is no suspect in Timmins, so might be in next week or a few days. Hope so. Might be next week. फैल रहे थे वो भी सकते हैं. That's right. Yeah. ਉੱਥੇ ਬੰਬੇ ਕੀ ਹਾਲ ਹੈ ਬਈ? ਉਧਰ ਕੋਰੋਨਾ ਵਾਇਰਸ ਦਾ ਹੋ ਰਿਹਾ ਕੁਝ? ਸਮ ਬੰਬੇ ਇਟਸ ਅਰਾਈਵਡ ਇਨ ਪੂਨੇ ਪੂਨੇ ਵਿੱਚ ਬਹੁਤ ਆ ਗਿਆ ਬਟ ਮੁੰਬਈ ਵਿੱਚ ਅਜੇ ਜਸਟ 2 ਕੇਸਸ ਸੋ ਦੇ ਆਰ ਐਡਮਿਟਡ ਇਨ ਹਸਪੀਟਲ ਕਸਤੂਰਬਾ ਹਸਪੀਟਲ ਸੋ ਅਜੇ ਕੁਝ ਹੋਰ ਹੈ ਨਹੀਂ ਅਪਡੇਟ. ਤੁਸੀਂ ਵੀ ਜਾਂਦੇ ਹੋ ਮਾਸਕ ਉਸ ਲਾ ਕੇ ਬਾਹਰ ਨਿਕਲਦੇ ਹੋ ਕਿ ਇਸ ਤਰ੍ਹਾਂ ਹੀ? ਜੀ ਨਹੀਂ ਸਰ, ਮਾਸਕ ਲਗਾ ਕੇ ਨਿਕਲਦੇ ਆ ਸਾਰਾ ਕੁਝ ਰੈਡੀ ਕਰਕੇ. ਓ ਮਾਈ ਗੋਡ, ਬੜਾ ਡੇਂਜਰ ਕੰਮ ਹੋ ਰਿਹਾ ਐਕਚੁਅਲੀ. ਕੱਲ ਮੈਂ ਸੁਖਮਨ ਪੜਿਆ ਕਿ ਮੇਰੇ ਖਿਆਲ ਕਿ ਗਵਰਨਮੈਂਟ ਆਫ ਇੰਡੀਆ ਨੇ ਵੀਜ਼ਾਸ ਬੰਦ ਕਰਤੇ ਜਿਹੜੇ ਇੰਡੀਆ ਦੇ ਜਿਹੜੇ ਜਿਹਨਾਂ ਕੋਲ ਇੰਡੀਅਨ ਪਾਸਪੋਰਟ ਨਹੀਂ ਹੈ. ਜਿਸ ਤਰ੍ਹਾਂ ਹੁਣ ਮੇਰੇ ਕੋਲ ਇੰਡੀਅਨ ਪਾਸਪੋਰਟ ਨਹੀਂ ਹੈ ਤੇ ਆਈ ਕੈਨ ਨਾਟ ਗੋ ਟੂ ਇੰਡੀਆ. ਮਤਲਬ 15 ਅਪ੍ਰੈਲ ਤੱਕ ਬੰਦ ਕਰਤੇ ਨੇ ਸਰ ਜੀ. 15 ਅਪ੍ਰੈਲ ਤੇ ਕੱਲ ਹੋ ਗਈ, ਹੁਣ ਮੇਰੇ ਖਿਆਲ 1-2 ਦਿਨ ਹੋਰ ਰਹਿ ਗਏ ਮੇਰੇ ਖਿਆਲ ਤੇ ਜਿਹਨਾਂ ਨੇ ਜਾਣਾ. 15 ਅਪ੍ਰੈਲ ਤੱਕ. 15 ਅਪ੍ਰੈਲ ਤੱਕ? ਅੱਛਾ 15 ਅਪ੍ਰੈਲ ਤੱਕ, ਹਾਂ ਹੁਣ ਤੋਂ ਲੈ ਕੇ ਸ਼ੁਰੂ ਹੋ ਕੇ 15 ਅਪ੍ਰੈਲ ਤੱਕ. ਮੈਨੂੰ ਕਿਸੇ ਦੀ ਕਾਲ ਆਈ ਸੀ ਐਕਚੁਅਲੀ, ਕਿਸੇ ਨੇ ਸ਼ਿਕਾਗੋ ਤੋਂ ਜਿਹੜੇ ਜਾ ਰਹੇ ਸੀ, ਮਤਲਬ ਜਿਹੜੇ ਸਟੂਡੈਂਟ ਵਾਲਾ ਨੇ, ਸੋਰੀ ਜੋ ਜਿਸ ਤਰ੍ਹਾਂ ਆਈ ਥਿੰਕ ਇਟਸ ਨੋਟ ਈਵਨ ਫੋਰ ਗ੍ਰੀਨ ਕਾਰਡ ਹੋਲਡਰਸ, ਮਤਲਬ ਕਿ ਅਨਲੈਸ ਯੂ ਆਰ ਅ ਇੰਡੀਅਨ ਪਾਸਪੋਰਟ ਹੋਲਡਰ ਓਨਲੀ ਦੈਨ ਯੂ ਅਲਾਊਡ. ਜਿਹੜੇ ਬਾਹਰ ਦੇ ਗ੍ਰੀਨ ਕਾਰਡ ਹੋਲਡਰਸ ਨੇ, ਪੀ ਆਰ ਹੈ, ਉਹਨਾਂ ਨੂੰ ਵੀ ਅਲਾਊਡ ਨਹੀਂ ਕਰਦੇ. ਉਸੇ ਕਾਰਡ ਵਾਲਾ ਕਿਸੇ ਨੂੰ ਅਲਾਊ ਨਹੀਂ ਕਰ ਰਹੇ. ਮਤਲਬ ਦਿਸ ਇਜ਼ ਅਨਇਮੈਜਨੇਬਲ ਕਿ ਕਿਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਹੋ ਰਹੀ ਹੈ. And they are paying like 3-4 times the prices of it's just unbelievable. Chalo, anyway, Gunmeet, apna tusi kinne din ho gaye file kite hoye? Sir, actually tusi online kita si 14-15 days hi hoye. Just main 1st of March nu main dekhe aisi biometric. 27th nu kita si apply. ਗਵਰਨਮੈਂਟ ਆਫ ਕੈਨੇਡਾ ਵੀ ਕੋਰੋਨਾ ਵਾਇਰਸ ਕਰਕੇ ਜੋ ਅਫੈਕਟਿਡ ਏਰੀਆਜ਼ ਨੇ ਉਹਨਾਂ ਦੇ ਸਪੈਸ਼ਲ ਉਹਨਾਂ ਨੇ ਪ੍ਰੋਸੀਜਰ ਰੱਖੇ ਹੋਏ ਹੈ ਕਿ ਅਗਰ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੈ ਦੱਸੋ. ਬਾਕੀ ਡਿਸੀਜਨ ਮੇਰੇ ਖਿਆਲ ਹੈ ਕਿ ਅੱਗੇ ਡਿਲੇ ਹੀ ਹੋਣਾ ਸਾਰਿਆਂ ਦੇ. ਐਕਚੁਅਲੀ 1 ਮਾਰਚ ਨੂੰ ਜਦ ਲੱਗੇ ਬਾਇਓਮੈਟ੍ਰਿਕ ਲੱਗੇ ਸੀ ਤਦ ਨਹੀਂ ਪਤਾ ਸੀ, ਕਿਉਂਕਿ ਉਸ ਟਾਈਮ ਪੂਨੇ ਵਿੱਚ ਵੀ ਨਹੀਂ ਸੀ ਤੇ ਮੈਂ ਕਿਹਾ ਇੰਡੀਆ ਵਿੱਚ ਤਾਂ ਆਏਗਾ ਨਹੀਂ. 2-3-4 ਕੇਸ ਸੀਗੇ ਕਿ ਸ਼ਾਇਦ ਕੇਰਲਾ ਵਿੱਚ. ਹੁਣ ਤਾਂ ਜ਼ਿਆਦਾ ਹੋ ਗਏ ਸਰ, 60-70 ਇਹ ਫਾਊਂਡ ਹੋ ਗਏ ਸਭ ਜਗ੍ਹਾ, ਬਹੁਤ ਜਗ੍ਹਾ ਹੋ ਗਿਆ. ਹੁਣ ਤਾਂ ਇਹ ਤਰਾਈ ਮਾਮ ਹੋਣਾ ਹੈ, ਮਹਾਂਮਾਰੀ ਫੈਲਣੀ ਹੈ ਸਾਰੀ ਜਗ੍ਹਾ ਹੈ ਅਤੇ ਇਹਦੇ ਪਤਾ ਨਹੀਂ ਕੀ ਹੋਣਾ ਹੈ. ਅਤੇ ਹੁਣ ਯੋਗ ਗੁਰੂ ਪਤੰਜਲੀ ਕੁਛ ਕਰ ਸਕਦੇ ਹਾਂ ਅਗਰ ਕਰਨਾ ਹੈ ਤਾਂ ਕੁਛ. ਬਾਕੀ ਹੁਣ ਤਾਂ ਮੈਂ ਜਸਨੀਤ ਨੂੰ ਕਿਹਾ ਸੀ ਹੁਣ ਤਾਂ 2-3 ਮਹੀਨੇ ਦਾ ਬ੍ਰੇਕ ਹੀ ਲੈ ਲਿਆ ਸਮਝ ਲਿਆ, ਕੁਛ ਨਹੀਂ ਹੋ ਸਕਦਾ ਕਿਉਂਕਿ USA ਨੇ ਵੀ ਬੈਨ ਕਰਤਾ ਯੂਰਪ ਨੂੰ. ਮੈਂ ਕਿਹਾ ਕੈਨੇਡਾ ਵੀ ਹੁਣ ਕਰ ਹੀ ਦੇਗਾ ਆਲਮੋਸਟ, ਸਭ ਜਗ੍ਹਾ ਹੋ ਰਿਹਾ. ਯਾ ਇਟ ਇਜ਼ ਗੋਇੰਗ ਟੂ ਬੀ, ਇਟਸ ਗੋਇੰਗ ਟੂ ਬੀ ਥਿੰਗ ਜਿੰਗ. ਸੋ ਤੁਹਾਡੀ ਜਿਹੜੀ ਜਿਹੜੀ ਇਮੀਗ੍ਰੇਸ਼ਨ ਹਿਸਟਰੀ ਦੇ ਬਾਰੇ ਕੁਛ ਮੈਸੇਜ ਆਇਆ ਸੀ ਕਿ ਵੀ ਉਹਨਾਂ ਦੇ ਬਾਰੇ ਦੱਸੋ, ਕਿਹੜੀ ਕਿਹੜੀ ਕੰਟਰੀ ਤੁਸੀਂ ਪਹਿਲਾਂ ਅਪਲਾਈ ਕਰਕੇ ਰਿਫਿਊਜ਼ ਹੋ ਚੁੱਕੇ? ਇੱਕ ਤਾਂ UK ਤੋਂ ਵਾਪਸ ਹੋ ਚੁੱਕੇ ਸ਼ਾਇਦ? ਜੀ ਸਰ, UK ਤੋਂ ਹੈਗਾ ਜੋ ਏਅਰਪੋਰਟ ਤੋਂ ਵਾਪਸ ਹੋਇਆ ਸੀਗਾ. ਉਸ ਤੋਂ ਬਾਅਦ USA ਦਾ ਸੀਗਾ ਸਰ, ਰਿਜੈਕਸ਼ਨ ਸੀਗੀ, ਔਰ ਇੱਕ ਫਰਾਂਸ ਸੀਗੀ. ਇਹ ਸਰ UK ਤੋਂ ਡਿਪੋਰਟੇਸ਼ਨ ਐਂਡ ਫਿਰ ਇਹਨਾਂ ਨੇ ਆ ਕੇ ਫਰਾਂਸ ਦਾ ਕੀਤਾ ਸੀ ਆਈ ਥਿੰਕ. ਇੱਕੋ ਸਾਲ ਦੇ ਤਿੰਨੋਂ ਕੰਟਰੀ ਟ੍ਰੈਕ ਕਰ ਲਏ. UK ਤੋਂ ਮਨਾ ਕੈਨਸਲ ਹੋ ਕੇ ਇਹਨਾਂ ਨੂੰ ਉੱਥੇ ਏਅਰਪੋਰਟ ਤੋਂ ਮੁੜਤਾ ਸੀ ਸ਼ਰ ਮੈਂ. ਹਾਂਜੀ, ਇਜ਼ ਦੈਟ ਰਾਈਟ? ਯਾ ਸਰ, ਪ੍ਰੋਬਲਮ ਸੀਗੀ. ਯਾ, ਕਿਉਂਕਿ ਮੇਰੇ ਖਿਆਲ ਸਾਡੇ ਕੋਲ ਉਸ ਇੱਕ UK ਦਾ ਵੀ ਹੈਡ ਅਟੈਚ UK's ਲੈਟਰ ਜੋ ਉਹਦੇ ਵਿੱਚ ਫਾਈਲ ਨੰਬਰ ਹੈ, ਪਰ US ਇਮੀਗ੍ਰੇਸ਼ਨ US ਐਮਬੈਸੀ ਦਾ ਕੋਈ ਲੈਟਰ ਨਹੀਂ ਸਾਡੇ ਕੋਲ ਸ਼ਾਇਦ. ਇਜ਼ ਦੈਟ ਰਾਈਟ? ਹਾਂ ਸਰ, ਉਹਦਾ ਨਹੀਂ ਕਿ ਸ਼ਾਇਦ ਮੈਨੂੰ ਮਿਲਿਆ ਸੀ, ਮੈਂ ਭੇਜਿਆ ਸੀ ਸ਼ਾਇਦ ਉਹਦਾ ਕੁਝ ਰੈਫਰੈਂਸ ਜਾਂ ਰੈਫਰੈਂਸ ਨੰਬਰ. ਉਹਦੇ ਚ ਆਪਾਂ ਸਰ ਜਿਹੜਾ ਇਹਨਾਂ ਦਾ 1295 ਹੈ ਉਹਦੇ ਚ ਆਪਾਂ ਤਿੰਨੋਂ ਕੰਟਰੀ ਦਾ ਦੱਸਤਾ ਸੀ ਲਿਖਿਆ, ਬਟ ਪਰ ਸਾਡੇ ਕੋਲ ਕੋਈ ਉਹ ਰੈਫਰੈਂਸ ਦਾ ਫਾਈਲ ਨੰਬਰ ਨਹੀਂ ਹੈ. ਜੀ ਸਰ ਜੀ. ਹਾਂ ਠੀਕ ਹੈ ਠੀਕ ਹੈ. ਤੇ ਜਸਨੀਤ ਦਾ ਕਦੋਂ ਤੱਕ ਹੈ ਸਟੱਡੀ ਪਰਮਿਟ, ਕਦੋਂ ਤੱਕ ਵੈਲਿਡ ਚੱਲ ਰਿਹਾ? 2021 ਤੱਕ. 2021 1 more year. ਯਾ,
ਇਸ ਸਾਲ ਜਾਣ ਦੀ ਸੋਚ ਰਹੇ ਹੋ ਕਿ ਅਗਰ ਯੂ ਨੋ ਇਫ ਯੂ ਹੈਵ ਅ ਬ੍ਰੇਕ ਔਰ ਸਮਥਿੰਗ ਜਾਣ ਇੰਡੀਆ ਜਾਣ ਦੀ ਸੋਚ ਰਹੇ ਹੋ ਮਿਲਨੇ ਹਸਬੈਂਡ ਨੂੰ ਚਲੋ ਜੀ ਵਾਇਰਸ ਆਈ ਆ ਜਾਂਦੇ ਤੇ ਉਹ ਮੇਰਾ ਤੇ ਸੀ ਕਿ ਇੰਦਾ ਹੋ ਜਾਂਦਾ ਤੇ ਪਸੰਦ ਕਰਦੇ ਕੈਨੇਡਾ ਰਹਿਣਾ ਤੇ ਹਸਬੈਂਡ ਹੀ ਆ ਜਾਏ ਬਾਕੀ ਕਰਨਾ ਜਾ ਕੇ ਉੱਥੇ ਸੋ ਆਏ ਦੈਟਸ ਫਾਈਨ ਸੋ ਚਲੋ ਦੇਖਦੇ ਹਾਂ ਇਹਨਾਂ ਨੂੰ ਆਪਾਂ ਇੱਕ ਮੈਂ ਗੱਲ ਕਰਨੀ ਸੀ ਕਿਉਂਕਿ ਇਹਦਾ ਯੂ ਐਸ ਦਾ ਅਤੇ ਫਰਾਂਸ ਦਾ ਇਹਨਾਂ ਨੂੰ ਇਨਫੋਰਮੇਸ਼ਨ ਆਪਾਂ ਦਿਆਂਗੇ ਅਤੇ ਮੈਨੂੰ ਲੱਗਦਾ ਕਿ ਯੂ ਐਸ ਇਮੀਗ੍ਰੇਸ਼ਨ ਲੈ ਕੇ ਕਈ ਇਸ ਤਰ੍ਹਾਂ ਨਾਲ ਤੁਹਾਡੇ ਅਗੇਂਸਟ ਕੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਆਈ ਜਸਟ ਵਾਂਟ ਟੂ ਲੈਟ ਯੂ ਨੋ ਐਂਡ ਮੇ ਬੀ ਦੇਰ ਇਜ਼ ਅ ਪੋਸੀਬਲ ਡਿਲੇ ਵੀ ਹੋ ਸਕਦੀ ਹੈ ਸੋ ਜਸਟ ਬੀ ਮੈਂਟਲੀ ਪ੍ਰਪੇਅਰਡ ਬਾਕੀ you know we will wait and see agar je visa agar suk nahi lagda te fir we will apply again maybe another 6 months tak ta delay ho sakda hai Jasneet you are okay you don't seem to be happy 6 month already ho gaye sir 6 months already ho gaye tusi mere ko aaye si pichle mahine pichle saal aaye si na mere ko month of august ya september ਮੈਂ ਸਭ ਤੋਂ ਪਹਿਲੇ ਅਕਟੋਬਰ ਚ ਗੱਲ ਕੀਤੀ ਸੀ ਤੁਹਾਡੇ ਨਾਲ ਮੈਨੂੰ ਅੱਜ ਅਕਟੋਬਰ ਯਾ ਇਟਸ ਬੀਨ ਮੋਰ ਦੈਨ 6 ਮੰਥਸ ਸੋ ਦੇਖੋ 6 ਕਿੰਨੇ ਸਾਲ ਤੁਸੀਂ ਵੇਟ ਕਰ ਲਈ ਤੁਹਾਡੀ ਕਰ ਲਈ ਤੁਸੀਂ ਵਾਈਫ ਦੇ ਬਗੈਰ ਸ਼ਾਇਦ ਥੋੜਾ ਜਿਹਾ ਡਿਲੇ ਹੋ ਜਾਏ ਸੋ ਆਈ ਅਨਫੋਰਚੂਨਟਲੀ ਦੇਰ ਇਸ ਨਥਿੰਗ ਆਈ ਕੈਨ ਡੂ ਪਰ ਦੇਖੋ ਤੁਹਾਨੂੰ ਇੱਕ ਮੈਸੇਜ ਮੈਂ ਭੇਜਿਆ ਹੋਇਆ ਮੈਸੇਜ ਆਇਆ ਮੈਸੇਜ ਤੋਂ ਦੇਖੋ ਜਸਨੀਤ ਆਪਣੀ ਈਮੇਲ ਖੋਲ ਕੇ ਜਸਨੀਤ ਕੌਰ ਵਾਲੇ ਈਮੇਲ ਤੇ ਆਇਆ ਸ਼ਾਇਦ ਸੁਖਮਨ ਤੇ ਵੀ ਈਮੇਲ ਤੇ ਆਇਆ ਕੈਨ ਯੂ ਓਪਨ ਦ ਈਮੇਲ ਐਂਡ ਚੈੱਕ ਇਟ ਆਊਟ ਜਸਮੀਤ ਜਸਟ ਅ ਸੈਕਿੰਡ ਸਰ ਤੁਹਾਡੀ ਉਹ ਕੱਟ ਗਈ ਫੋਟੋ ਕੱਟ ਗਈ ਮੇਰੇ ਖਿਆਲ ਇੱਕ ਸੈਕਿੰਡ ਇੱਕ ਮੈਂ ਓਪਨ ਕਰ ਰਹੀ ਸੀ ਤਾਂ ਕਰਕੇ ਸਮਥਿੰਗ ਲਾਈਕ ਬਾਇਓਮੈਟ੍ਰਿਕ ਲੈਟਰ ਨਹੀਂ ਅਟੈਚਮੈਂਟ ਹੈ ਉਹਦੇ ਵਿੱਚ ਐਕਚੁਅਲੀ ਬਾਇਓਮੈਟ੍ਰਿਕ ਦਾ ਉੱਪਰ ਲਿਖਿਆ ਲੇਕਿਨ ਅਟੈਚਮੈਂਟ ਹੈ ਪਈ ਹੋਈ ਹੈ ਦੇਖੋ ਜਰਾ ਅਟੈਚਮੈਂਟ ਖੋਲ ਕੇ ਦਿਸ ਇਜ਼ ਵਨ ਨਿਊ ਮੈਸੇਜ ਓ ਮਾਈ ਗॉड ਵੀਜ਼ਾ ਲੱਗ ਗਿਆ ਸੀਰੀਅਸਲੀ ਅਜੀ ਕੋਈ ਮੈਸੇਜ ਆਇਆ ਮੈਸੇਜ ਹਾਂ 2013 ਮੈਨੂੰ ਪਹਿਲੇ ਹੀ ਇੰਟੈਂਸ਼ਨ ਸਿੱਧਾ ਦੀ ਹੋ ਰਹੀ ਸੀ ਕਿ ਕੁਝ ਪੋਜ਼ਿਟਿਵ ਹੈ ਕਿਉਂਕਿ ਸਰ ਸਕਾਈਪ ਕਾਲ ਅਦੋ ਹੀ ਕਰਦੇ ਨੇ ਜਦੋਂ ਵੀਜ਼ਾ ਆ ਜਾਂਦਾ ਹੈ ਦਿਮਾਗ ਤੇ ਹੀ ਚੱਲ ਰਿਹਾ ਸੀ ਨਹੀਂ 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 ਅਸੀਂ ਕਰਦੇ ਆ ਸਕਾਈਪ ਕਾਲ ਨਹੀਂ 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 ਮੈਨੂੰ ਨਾ ਇਦਾਂ ਲੱਗ ਰਿਹਾ ਸੀ ਜਦੋਂ ਤੁਸੀਂ ਬੋਲ ਰਹੇ ਸੀ ਨਾ ਵੀਜ਼ਾ ਨਹੀਂ ਆ ਰਹੇ ਹਨ ਜਦ ਸੁਖਮਨ ਸਰ ਬੋਲ ਰਹੇ ਸੀ ਤੇ ਆਈ ਵਾਸ ਲਾਈਕ ਕਿ ਸ਼ਾਇਦ ਇਹ ਸਾਨੂੰ ਡਰਾ ਰਹੇ ਹੋਣਗੇ ਕਿ ਅਸੀਂ ਥੋੜੇ ਇਮੋਸ਼ਨਲ ਹੋ ਜਾਈਏ ਤਾਂ ਕਿ ਸਰ ਸਾਡੇ ਐਗਜ਼ੈਕਟ ਮਤਲਬ ਉਹ ਦੇਖ ਸਕਣਗੇ ਕਿ ਅਸੀਂ ਯਾਰ ਮੈਨੂੰ ਨਹੀਂ ਪਤਾ ਕੀ ਬੋਲਣਾ ਹੈ ਅਰੇ ਸਰ ਲੇਕਿਨ ਮੈਂ ਤੇ ਸਮਝਿਆ ਸੀ ਕੋਰੋਨਾ ਵਾਇਰਸ ਦਾ ਕੋਈ ਡੈਡਲੀ ਸੀਨ ਹੋ ਗਿਆ ਸਰ ਪੱਕਾ ਫੋਨ ਕਰਕੇ ਅਲਰਟ ਕਰ ਰਹੇ ਹਨ ਸ਼ਾਇਦ ਮੇਰੇ ਦਿਲ ਤੇ ਹੀ ਆ ਰਹੇ ਸੀ ਕਿ ਲਾਈਕ ਸਰ ਨੇ ਸਕਾਈਪ ਕਾਲ ਬੋਲਿਆ ਇਟ ਮੀਨਸ देयर इज समथिंग ਪੋਜ਼ਿਟਿਵ ਦੇਖੋ ਆਈ ਪਹਿਲੇ ਅਟੈਂਪਟ ਤੇ ਆ ਗਏ ਸਰ ਜੀ ਤੁਸੀਂ ਸਰ ਸਭ ਛੋੜ ਦੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸੀਰੀਅਸਲੀ ਵਰਡਸ ਨਹੀਂ ਹਨ ਸਰ ਪਤਾ ਇੱਕ ਹੋਪ ਸੀ ਕਿ ਲਾਈਕ ਮੇਰਾ ਨਾ ਇਸ ਟਾਈਮ ਹੱਥ ਫੀਵਰ ਕਰ ਰਿਹਾ ਆਈ ਡੋਨਟ ਨੋ ਕਿਉਂ ਬਟ ਸੁਖਮਨ ਵੀਰੇ ਥੈਂਕ ਯੂ ਸੋ ਮਚ ਕੋਈ ਗੱਲ ਨਹੀਂ ਥੈਂਕ ਯੂ ਸਰ ਆਮ ਵੈਰੀ ਹੈਪੀ ਸੀਰੀਅਸਲੀ ਆਮ ਵੈਰੀ ਹੈਪੀ ਅੱਜ ਪਤਾ ਨਹੀਂ ਮੈਂ ਪਾਗਲ ਹੋ ਜਾਂਦਾ ਹਾਂ ਚਲੋ ਤੁਹਾਡਾ ਹੁਣ ਇੰਡੀਆ ਜਾਣਾ ਵੀ ਰਿਕੁਆਇਰਮੈਂਟ ਹੈ ਇੰਡੀਆ ਵੀ ਨਹੀਂ ਜਾਣਾ ਤੁਸੀਂ ਛੁੱਟੀ ਵੀ ਨਹੀਂ ਤੁਸੀਂ ਕਮਲਾ ਨਹੀਂ ਹਸਬੈਂਡ ਤੁਹਾਡੇ ਇੱਥੇ ਹੀ ਆ ਰਹੇ ਹੈ ਅਨਬਿਲੀਵਲ ਮੇਰਾ ਕੇਸ ਇਤਰਾ ਸੀ ਨਾ ਕਿ ਮੈਂ ਜਿਹਦੇ ਕੋਲੋਂ ਯੂਕੇ ਗਿਆ ਸੀਗਾ ਉਹ ਮੈਡਮ ਵੀ ਸੀਗੀ ਮੈਂ ਜਸਨੀ ਨੂੰ ਕਿਹਾ ਆਪਾਂ ਉੱਥੇ ਟਰਾਈ ਕਰਨੇ ਉਹ ਕਹਿੰਦੀ ਨਹੀਂ ਇੱਕ ਹੀ ਜਗ੍ਹਾ ਟਰਾਈ ਕਰਾਂਗੇ ਓਨਲੀ ਵਨ ਟਾਈਮ ਔਰ ਹੋ ਜਾਏਗਾ ਕੰਮ ਇਹਨੂੰ ਪੂਰਾ ਯਕੀਨ
ਲਾਈਕ ਸਰ ਬਹੁਤ ਨਾ ਇਦਾਂ ਸਾਡੇ ਆਪਣੇ ਰਿਲੇਟਿਵਸ ਨਾ ਕਿ ਨਹੀਂ ਤੁਸੀਂ ਇੰਨਾ ਕਿਉਂ ਪੇ ਕਰ ਰਹੇ ਹੋ, ਬਹੁਤ ਸਸਤੇ ਹੋ ਜਾਂਦੇ 50,000, ਮਤਲਬ ਮੇਰੇ ਹਸਬੈਂਡ ਦਾ ਬਹੁਤ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲਾਈਕ ਛੱਡੋ ਇੰਨੀ ਦੂਰ, ਉੱਥੇ ਕਿਉਂ ਲਗਾਉਣਾ ਇੰਨਾ ਪੈਸਾ, ਬਟ ਪਤਾ ਨਹੀਂ ਇੱਕ ਬਿਲੀਵ ਸੀ ਕਿ ਨਹੀਂ ਲਗਵਾਉਣੀ ਸਰ ਤੋਂ ਹੈ, ਸਰ ਹੀ ਕਰ ਸਕਦੇ ਹਨ ਕੁਛ ਜੋ ਵੀ ਕਰਨਗੇ, ਲਗਵਾਉਣੀ ਸਰ ਤੋਂ ਫਾਈਲ ਹੈ, ਜੋ ਮਰਜ਼ੀ ਹੋ ਜਾਏ ਜਿੰਨਾ ਵੀ ਲੱਗੇਗਾ ਕਿੱਦਾਂ ਵੀ ਐਫਰਟ ਕਰਾਂਗੇ, ਬਟ ਕਰਨਾ ਸਰ ਤੋਂ ਹੀ ਫਾਈਲ। ਐਂਡ ਰਿਸ਼ਤੇਦਾਰ ਦੋਸਤ ਕਹਿ ਰਹੇ ਸੀ ਮਹਿੰਗਾ ਬਹੁਤ ਹੈ ਇੱਥੇ ਨਾ ਜਾਓ। ਹਾਂ ਇੰਨਾ ਪੈਸਾ ਕਿਉਂ ਵੇਸਟ ਕਰੇ, ਔਰ ਜੋ ਮੇਰੇ ਇਹ ਪਿਆਰੇ ਹਸਬੈਂਡ ਹੈ ਨਾ, ਇਹ ਬਾਤੋਂ ਮੈਂ ਵੀ ਬਹੁਤ ਜਲਦੀ ਆ ਜਾਂਦੇ ਹੈ, ਔਰ ਫਿਰ ਇਹ ਯਾਰ ਕਿਆ ਕਰੇ, ਸਭ ਐਸੇ ਬੋਲ ਰਹੇ ਹੈ ਨਹੀਂ ਲਗਵਾਨੀ ਸਰ ਸੇ, ਆਪ ਚੁੱਪ ਕਰਕੇ ਬੈਠ ਜਾਓ। ਸਰ ਐਕਚੁਅਲੀ ਮੈਨੂੰ ਯਕੀਨ ਨਹੀਂ ਸੀ, ਮੈਂ ਆਪਣੇ ਕੇਸ 'ਚ ਬਹੁਤ ਡਾਊਟ ਸੀ, ਜਸਨੀਤ ਨੂੰ ਮੈਂ ਕਦੇ ਮੈਂ ਕੁਝ ਦੱਸਿਆ ਨਹੀਂ, ਉਹਨੂੰ ਪਤਾ ਨਹੀਂ ਹੈ, ਉਹ ਕਹਿੰਦੀ ਨਹੀਂ ਹੋ ਜਾਏਗਾ ਯਾਰ, ਹੋ ਸਕਦਾ ਨਹੀਂ। ਅਸੀਂ ਹਜੇ ਤੱਕ ਘਰ ਵੀ ਨਹੀਂ ਦੱਸਿਆ ਹੋਇਆ ਕਿ ਲਾਈਕ ਅਸੀਂ ਫਾਈਲ ਲਗਾ ਦਿੱਤੀ ਹੋਈ ਹੈ, ਸਾਡਾ ਸੀ ਕਿ ਅਸੀਂ ਇੱਕ ਦੂਜੇ ਤੋਂ ਇਲਾਵਾ ਕਿਸੇ ਨੂੰ ਨਹੀਂ ਦੱਸਾਂਗੇ ਜਦ ਤੱਕ ਰਿਜ਼ਲਟ ਨਹੀਂ ਆਏਗਾ, ਕਿਉਂਕਿ ਫੈਮਿਲੀ ਨੂੰ ਬਹੁਤ ਹੋਪ ਆ, ਇੱਕ ਤਾਂ ਹੋ ਗਏ 6 months ਹੋ ਗਏ, ਮੇਰੇ ਪੇਰੈਂਟਸ ਕੁਝ ਜ਼ਿਆਦਾ ਹੀ ਪੋਜ਼ੈਸਿਵ ਆ, ਉਹ ਤਾਂ ਕਦੇ ਮੈਨੂੰ ਇਕੱਲੇ ਕਿੱਥੇ ਨਹੀਂ ਪੈ ਸੁਣਦਾ ਹੈ ਕਿ ਲਾਈਕ ਇਕੱਲੇ ਉੱਥੇ ਹੈ, ਕਦ ਜਾਏਗਾ ਮੋਂਟੀ, ਕਦ ਜਾਏਗਾ ਮੋਂਟੀ, ਦੇਖਿਆ ਕੋਰੋਨਾ ਵਾਇਰਸ ਆ ਗਿਆ, ਹੁਣ ਡਿਲੇ ਹੋ ਰਿਹਾ ਥੋੜਾ, ਮੋਂਟੀ ਦਾ ਟਾਈਮ, ਮੋਂਟੀ ਦਾ ਟਾਈਮ ਆ ਗਿਆ ਹੁਣ। ਮੈਨੂੰ ਤੁਹਾਡੇ ਕੇਸ ਦੇ ਬਾਰੇ ਨਾ ਇੱਕ ਦੇਖ ਕਰ ਸੁਣ ਕੇ ਇੱਕ ਕੇਸ ਹੋਰ ਮੈਨੂੰ ਚੇਤਾ ਆ ਰਿਹਾ, ਪਿਛਲੇ ਸਾਲ ਹੀ ਅਰਾਊਂਡ ਦਿਸ ਟਾਈਮ ਹੋਇਆ ਸੀ, ਉੱਥੇ ਵੀ ਹਸਬੈਂਡ ਮੇਰੇ ਖਿਆਲ ਹੈ ਕਿ ਆਈ ਡੋਂਟ ਰਿਮੈਂਬਰ 5 times ਜਾਂ 6 times ਰਿਫਿਊਜ਼ ਹੋਏ ਸੀ, 2 times ਤੇ ਮੇਰੇ ਖਿਆਲ ਇੱਕ ਵਾਰ UK ਵੀਜ਼ਾ ਹੋ ਗਿਆ ਕੈਂਸਲ, ਜਾਂ UK ਤੋਂ ਡਿਪੋਰਟ ਹੋ ਕੇ, UK ਦੀ ਵੀ ਹੋ ਗਿਆ ਸੀ ਕਾਫੀ ਸਾਰ, 6 times। And similarly, I was talking to the wife and wife was so excited, she could not believe. Same menu, ohi scenario cheta aa reha ki bhi is tarah ho reha hai, par hey, all is well, that is ending well. So Monty nu congratulations hai, tade visa lag gaye hai, message ਜਸਨੀ ਤੁਸੀਂ ਪੜ੍ਹ ਲਿਆ ਉਹਦਾ, ਧਿਆਨ ਨਾਲ ਪੜ੍ਹ ਲਿਆ ਜਸਨੀ, ਉਹਦਾ ਹੀ ਹਸਬੈਂਡ ਦਾ ਨਾਮ ਲਿਖਿਆ ਕਿ ਗਲਤ ਨਾਮ ਦੇਖਣਾ, ਚੈੱਕ ਕਰ ਲਓ ਗਲਤ ਨਾਮ ਤਾਂ ਨਹੀਂ। ਸਰ ਮੈਂ ਨਾ ਸੀ ਉਹ ਡੇਟ ਜੀ ਦੇਖ ਕੇ, ਮੇਰੀ ਐਕਸਾਈਟਮੈਂਟ ਲੈਵਲ ਇੰਨਾ ਹਾਈ ਹੋ ਗਿਆ ਨਾ, ਫਿਰ ਤੁਹਾਨੂੰ ਹੁਣੇ ਹੋਏ ਸਾਰੀ, ਮਤਲਬ ਇਹੀ ਪੜ੍ਹਾਂਗੇ ਹੁਣ, ਜੋ ਵੀ ਆਦੂ ਦੀ ਛੜੀ ਹੈ ਕੀ ਹੈ ਮੈਨੂੰ ਕੁਝ ਸਮਝ ਨਹੀਂ। ਭਾਜੀ ਇੱਥੇ ਮੈਂਇੱਕ ਗੱਲ ਦੱਸਣੀ ਚਾਹੂੰਗਾ ਸਰ, ਤੁਹਾਨੂੰ ਯਾਦ ਹੋਣਾ ਜਿਸ ਦਿਨ ਆਪਾਂ ਇਹਨਾਂ ਦਾ ਕੇਸ ਅਪਲਾਈ ਕੀਤਾ ਸੀ, ਮੈਂ ਤੁਹਾਨੂੰ ਕਿਹਾ ਸੀ ਕਿ ਹਜੇ ਤੇ ਸਰ ਰਿਫਿਊਜ਼ ਹੀ ਹੋਣਾ ਹੈ ਜੀ, ਮੈਨੂੰ ਵੀ ਪੂਰਾ ਯਕੀਨ ਸੀ, ਸਰ ਨੂੰ ਮੈਂ ਕਿਹਾ ਸੀ ਕਿ ਫਸਟ ਟਾਈਮ ਰਿਫਿਊਜ਼ ਹੋਏਗਾ ਕੇਸ, ਕਿਉਂਕਿ ਇਹਦੇ ਚ ਲੇਕਿਨ ਤਿੰਨ ਪ੍ਰੋਬਲਮ ਸੀ, ਇੱਕ ਤਾਂ ਸੀ ਇਹਨਾਂ ਦੀ ਜਿਹੜੀ ਤੁਹਾਡਾ ਇਮੀਗ੍ਰੇਸ਼ਨ ਦੀ ਪੁਰਾਣੀ ਹਿਸਟਰੀ, ਕਿੰਨੇ 3 countries ਤੋਂ, ਇੱਕ ਤੋਂ ਤੁਹਾਡੀ ਡੈਪੋਟੇਸ਼ਨ, ਫਿਰ 2 ਤੋਂ ਤੁਸੀਂ ਰਿਫਿਊਜ਼, ਦੂਸਰਾ ਸੀ ਤੁਹਾਡੇ ਫੰਡਸ ਦੀ ਪ੍ਰੋਬਲਮ, ਫੰਡਸ ਦੀ ਵੀ ਪ੍ਰੋਬਲਮ ਹੋ ਗਈ ਜਿਸ ਤਰੀਕੇ ਨਾਲ ਆਪਾਂ ਕੀਤੇ ਸਾਰਾ ਕੁਝ, ਥਰਡ ਪ੍ਰੋਬਲਮ ਇੱਕ ਹੋਰ ਸੀ, ਉਹ ਮੈਂ ਤੁਹਾਡੇ ਵਾਈਫ ਦੀ ਸਾਈਡ ਤੋਂ ਸੀ, ਮੈਂ ਤੁਹਾਨੂੰ ਦੱਸਾਂ ਮੈਨੂੰ ਪਤਾ ਟ੍ਰਾਂਸਕ੍ਰਿਪਟ ਦਾ ਸੀ, ਮੈਨੂੰ ਪਤਾ ਸੀ ਕਿ ਉਹ ਪ੍ਰੋਬਲਮ ਕਰ, ਐਂਡ ਨਾ ਮੇਰੇ ਮਾਈਂਡ 'ਚ ਇਦਾਂ ਸੀ ਕਿ ਲਾਈਕ ਪਤਾ ਨਹੀਂ ਕਿਉਂ ਇਦਾਂ ਦਾ ਟੈਂਡੈਂਸੀ ਸੀ ਕਿ 24 March ਤੋਂ ਪਹਿਲੇ ਜਾਂ 24 March ਨੂੰ ਹੀ ਵੀਜ਼ਾ ਆਊਗਾ, ਐਂਡ ਉਸ ਤੋਂ ਪਹਿਲੇ ਆ ਗਿਆ ਸਰ, ਸੱਚੀ ਵਾਕਈ ਜੋਸ਼ੀ ਹੋ ਵਸੇ, ਲੇਕਿਨ 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 ਮੈਂ ਸੁਖਮਨ ਨਾਲ ਇੱਕ ਡਿਸਕਸ਼ਨ ਕਰ ਰਿਹਾ ਤੁਹਾਡੇ ਸਾਹਮਣੇ ਹੀ ਹੈ ਕਿ ਜ਼ਰੂਰ ਹੈ ਕੇਸ 'ਤੇ ਪ੍ਰੋਬਲਮ, ਦੇਖੋ ਕੋਈ ਵੀ ਕੇਸ ਜਦ ਸਾਡੇ ਕੋਲ ਆਏਗਾ ਨਾ, ਇੱਦਾਂ ਹੋ ਨਹੀਂ ਸਕਦਾ ਕਿ ਉਹ ਪਰਫੈਕਟ ਕੇਸ ਹੈ, ਕੇਸ ਨਾ ਕੇਸ ਕੋਈ ਨਾ ਕੋਈ ਕਮਜ਼ੋਰੀ, ਕੋਈ ਨਾ ਕੋਈ ਚੈਲੰਜ ਤਾਂ ਹੋਣਗੇ, ਅਦਰਵਾਈਜ਼ ਆਉਣ ਦਾ ਮਤਲਬ ਹੀ ਨਹੀਂ, ਨੰਬਰ 1। ਲੇਕਿਨ ਅਗਰ ਸੁਖਮਨ ਨੂੰ ਤੁਸੀਂ ਪੁੱਛ ਲਓ ਕਿ ਮੈਂ ਸੁਖਮਨ ਨੂੰ ਕਿਹਾ ਸੀ ਆਫਟਰ ਦਾ ਫਸਟ ਮੀਟਿੰਗ, ਆਈ ਥਿੰਕ ਫਸਟ ਔਰ ਸੈਕਿੰਡ ਕੰਸਲਟੇਸ਼ਨ, ਮੈਂ ਇਹਨਾਂ ਨੂੰ ਕਿਹਾ ਸੀ ਕਿ ਵੀ ਇਹ ਕੇਸ ਲੈਣ ਵਾਲਾ ਹੈ, ਆਪਾਂ ਲਿਆਂਗੇ ਅਤੇ ਮੈਨੂੰ ਇਹ ਕੇਸ ਪਸੰਦ ਵੀ ਹੈ, ਡੂ ਯੂ ਰਿਮੈਂਬਰ ਸੁਖਮਨ, ਤੁਹਾਨੂੰ ਵੀ ਯਾਦ ਹੈ? ਹਾਂਜੀ ਸਰ, ਅਤੇ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਸਰ ਜਿੰਨਾ ਤੁਸੀਂ ਸਿੰਪਲ ਸਮਝ ਰਹੇ ਕੇਸ, ਉਹਨਾਂ ਸਿੰਪਲ ਹੈ ਨਹੀਂ ਆ, ਕਿ ਇਹਦੇ 'ਚ ਕਾਫੀ ਚੈਲੰਜਸ ਆ, ਚਲੋ ਲੇਕਿਨ ਸਰ ਨੇ ਕਿਹਾ ਕਿ ਮੈਂ ਸਿੰਪਲ ਕੇਸ ਲੈਂਦਾ ਵੀ ਨਹੀਂ ਹੈ, ਤੇ ਮੈਂ ਕਿਹਾ ਸੀ ਸਰ ਮੈਂ ਸਿੰਪਲ ਹੁੰਦਾ ਤੇ ਮੈਂ ਕਿਉਂ ਆਂਦਾ, ਕਿਉਂਕਿ ਮੈਨੂੰ ਵੀ ਪਤਾ ਮੇਰੀ ਪ੍ਰੋਬਲਮ ਨਹੀਂ। ਦੇਖੋ ਐਸਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇਖੋ ਤੁਸੀਂ ਦੋਨੋਂ ਆਪਣੀ ਵੀ ਥਾਂ ਠੀਕ ਹੋ, ਕੇਸ ਸਿੰਪਲ ਵੀ ਨਹੀਂ ਹੈ, ਹੈ ਵੀ ਥੋੜ੍ਹੇ ਜਿਹਾ ਡੇਟਾ ਹੈ ਕਿਉਂਕਿ ਡਿਪੋਰਟੇਸ਼ਨ ਵੀ ਹੋ ਚੁੱਕੀ ਹੈ, US ਵੀ ਕੈਂਸਲ ਹੋ ਗਿਆ, US ਵੀ ਰਿਫਿਊਜ਼ ਹੋ ਗਿਆ, ਫਰਾਂਸ ਵੀ ਰਿਫਿਊਜ਼ ਹੋ ਗਿਆ, ਫਿਰ ਜਿਹੜੀ ਟ੍ਰਾਂਸਕ੍ਰਿਪਟ ਵਾਲਾ ਦੀ ਉਹਦੀ ਪ੍ਰੋਬਲਮ ਵਾਲਾ ਕੇਸ ਤਾਂ ਹਮੇਸ਼ਾ ਹੁੰਦਾ, ਲੇਕਿਨ ਪਤਾ ਨਹੀਂ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਦ ਆਪਾਂ ਕਲਾਇੰਟ ਨਾਲ ਗੱਲ ਕਰਦੇ ਨਾ ਜੀ ਸਰ, ਇੱਕ ਕੁਛ ਹੈ ਚੀਜ਼ ਵਿੱਚ, ਆਈ ਕੈਨ ਨਾਟ ਐਕਸਪਲੇਨ, ਤੁਹਾਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਇਸ ਚੀਜ਼ ਨੂੰ, ਕਿ ਜਦ ਆਪਾਂ ਕਲਾਇੰਟ ਨਾਲ ਗੱਲ ਕਰਦੇ ਹਾਂ, ਸਪੈਸ਼ਲੀ ਮੇਰਾ ਮੈਨੂੰ ਅੰਦਰੋਂ ਦਿਲੋਂ ਤਾਂ ਆਵਾਜ਼ ਆ ਜਾਂਦੀ ਹੈ ਇੱਕ ਜੀ, ਕਿ ਇਸ ਕੇਸ ਨੂੰ ਮਤਲਬ ਆਪਾਂ ਕੁਛ ਕਰ ਸਕਦੇ ਹਾਂ, ਮਤਲਬ ਇਟਸ ਜਸਟ ਆਈ ਆਈ ਡੋਨਟ ਨੋ, ਇਟਸ ਇਨਡਾਇਰੈਕਟਲੀ ਹੁੰਦਾ ਕਿ ਇਸ ਕੇਸ ਨੂੰ ਆਪਾਂ ਕੁਝ, ਕਈ ਕੇਸ
ਕਈ ਕੇਸ ਮੈਨੂੰ ਅੰਦਰੋਂ ਅੱਛਾ ਨਹੀਂ ਲੱਗਦੇ ਕਿਉਂਕਿ ਅਗਰ ਉਦੋਂ ਵਿੱਚ ਅਗਰ ਕੋਈ ਗਲਤ ਗੱਲ ਡਾਕੂਮੈਂਟੇਸ਼ਨ ਹੁੰਦੀ ਹੈ, ਅਗਰ ਕੋਈ ਗਲਤ ਇਨਫੋਰਮੇਸ਼ਨ ਸਮਥਿੰਗ ਜਾਂ ਕੋਈ ਹੋਰ ਕੋਈ ਮਿਸਰੈਪ੍ਰੈਜੈਂਟੇਸ਼ਨ ਕੋਈ ਇਨਫੋਰਮੇਸ਼ਨ ਉਹਨਾਂ ਨੇ ਟਵਿਸਟ ਕੀਤੀ ਹੈ, ਤੇ ਫਿਰ ਮੈਂ ਸੁਖਮਨ ਨੂੰ ਕਹਿੰਦਾ ਕਿ ਵੀ ਇਹ ਇਸ ਕੇਸ 'ਚ ਉਹ ਮਜ਼ਾ ਨਹੀਂ ਹੈ, ਜਾਨ ਤੇ ਛੱਡੋ ਅੰਦਰ, ਮਤਲਬ ਉਸ ਚੀਜ਼ ਦਾ ਉਹ ਨਹੀਂ ਹੈ, ਅੰਦਰ ਇੱਕ ਸੁਨੇਹਾ ਨਹੀਂ ਆ ਰਿਹਾ ਮੈਂ। ਪਰ ਐਨੀਵੇ ਤੁਹਾਡੇ ਕੇਸ 'ਤੇ ਮੈਂ ਸੁਖਮਨ ਨੂੰ ਕਿਹਾ ਸੀ ਕਿ ਵੀ ਇਸ ਕੇਸ ਆਈ ਲਾਈਕ ਦਿਸ ਕੇਸ, ਵਨ ਆਫ ਦ ਰੀਜ਼ਨਸ ਇਜ਼ ਬਿਕੋਜ਼ ਆਈ ਥਿੰਕ ਯੂ ਆਰ ਅ you are from Mumbai. Yes, sir. That's also big thing because of the passport and because you have a good job. So the job is here, mere khayal. Plus, jehdi marital history hai, jehdi jo hai photographs wagera jo chal rahi hai ceremony, so bhi kafi detail tusi mehnat kiti hai, kafi Sukhman ne bhi kafi mehnat kiti hai. So ek positive point hai. Bas eh te sare bahane hai brother, is tarah hai ki visa tuhanu lagna si. ਉਸ ਨਾਮ ਨਾਮ ਸਾਡਾ ਹੋ ਗਿਆ ਕਿ ਸਾਡਾ ਹੱਥ ਲੱਗ ਗਿਆ, ਬਾਕੀ ਵੀਜ਼ਾ ਤੁਹਾਡਾ ਆਪਣੇ ਇੱਕ ਸੰਯੋਗ ਨਾਲ ਲੱਗਣਾ ਸੀ। ਬਟ ਸਰ ਤੁਹਾਡਾ ਹਾਰਡ ਵਰਕ ਵੀ ਹੈ, ਤੁਹਾਡਾ ਐਂਡ ਸੁਖਮਨ ਸਰ ਦਾ, ਤੁਸੀਂ ਨਹੀਂ ਕਰਦੇ ਲਾਈਕ ਆਈ ਡੋਨਟ ਥਿੰਕ ਸੋ ਕਿਦਾਂ ਹੋਣਾ ਸੀ। ਸਾਨੂੰ ਤੇ ਇਹ ਵੀ ਸੁਜੈਸਟ ਕੀਤਾ ਗਿਆ ਸੀ ਕਿ ਲਾਈਕ ਯੂਕੇ ਦਾ ਡਿਪੋਰਟੇਸ਼ਨ ਛੁਪਾ ਦਿਓ, ਉਹ ਸਭ ਰਿਜੈਕਸ਼ਨਸ ਦੱਸਣ ਦੀ ਲੋੜ ਨਹੀਂ ਹੈ, ਬਟ ਸਾਡਾ ਸੀ ਕਿ ਨਹੀਂ ਅਗਰ ਕਰਨਾ ਤੇ ਪੂਰੇ ਓਨੈਸਟੀ ਨਾਲ ਕਰਨਾ, ਜੋ ਵੀ ਕਰਾਂਗੇ ਮਤਲਬ ਪ੍ਰੋਪਰ ਦੱਸਾਂਗੇ। ਕੌਣ ਤੁਹਾਨੂੰ ਕਹਿੰਦੇ ਸੀ, ਕੌਣ ਕਹਿ ਰਹੇ ਸੀ ਤੁਹਾਨੂੰ ਕਿ ਛੁਪਾ ਦਿਓ? ਸਰ ਆਪਣੇ ਹੀ ਰਿਲੇਟਿਵਸ ਹੈਗੇ ਆ ਕਿ ਨਹੀਂ ਇਹ ਨਹੀਂ ਦੱਸਣਾ ਹੈ, ਲਾਈਕ ਇਦਾਂ ਬੋਲਿਆ ਗਿਆ ਸੀ ਸਾਨੂੰ। ਬਟ ਕਹਿੰਦੇ ਸੀ ਸਾਡੇ ਕੋਲ ਬੰਦਾ ਹੈਗਾ, ਉਹ ਕਰਾ ਦੇਗਾ। ਹਾਂ ਉਹ ਕਰਾ ਦੇਗਾ, ਬਟ ਅਸੀਂ ਐਗਰੀ ਨਹੀਂ ਸੀ ਕਿ ਅਗਰ ਕਰਨਾ ਹੈ ਤਾਂ ਪੂਰਾ ਜੈਨੂਇਨ ਕਰਨਾ ਹੈ। ਮੈਂ ਕਿਹਾ ਸਰ, ਮੈਂ ਨੈਟ 'ਚ ਵੀ ਦੇਖ ਚੁੱਕਿਆ ਸਰ ਨੇ ਇੰਨੀ ਵੀਡੀਓ ਬਣਾਈ ਹੈ, ਉਹ ਕਹਿੰਦੇ ਕਿ ਨਹੀਂ ਛੁਪਾਣਾ, ਤੁਸੀਂ ਉਲਟਾ ਗਲਤ ਰਾਏ ਦੇ ਰਹੇ ਹੋ। ਮੈਂ ਕਿਹਾ ਇਹ ਨਹੀਂ। ਐਂਡ ਮਾਈ ਹਸਬੈਂਡ ਇਜ਼ ਲਾਈਕ ਕਿ ਜਦ ਮੈਂ ਮੁੰਬਈ ਮੈਂ ਥੀ ਐਂਡ ਅਸੀਂ ਕਿਤੇ ਘੁੰਮਣ ਜਾਂਦੇ ਸੀ, ਇਹ ਕੁਛ ਹੋਰ ਥੋੜੀ ਕਰਦੇ ਸੀ, ਤੁਹਾਡੀ ਵੀਡੀਓ ਲਗਾ ਕੇ ਏਅਰਫੋਨ ਲਗਾ ਕੇ ਇਹ ਬਸ ਵੀਡੀਓ, ਮੈਂ ਕਿਹਾ ਛੱਡ ਦਿਓ ਪਲੀਜ਼ ਥੋੜਾ ਕੰਸਨਟ੍ਰੇਟ ਕਰ ਲਓ, ਅਸੀਂ ਘੁੰਮਣ ਆਇਆ। ਬਟ ਇਹ ਬਸ ਹਮੇਸ਼ਾ ਤੁਹਾਡੀ ਵੀਡੀਓ ਦੇਖਦੇ ਰਹਿੰਦੇ ਸੀ ਲਾਈਕ ਕਿ ਕੀ ਇਦਾਂ ਹੋਏਗਾ ਇਦਾਂ। ਇਹਨਾਂ ਨੇ ਮੈਨੂੰ ਸਟਾਰਟਿੰਗ 'ਚ ਸਰ ਇੱਕ ਗੱਲ ਪੁੱਛੀ ਸੀ ਕਿ ਮੈਂ ਆਪਣੀ ਵਾਈਫ ਨੂੰ ਵੀ ਭੇਜਦਾ ਆ, ਮੇਰੀ ਇਮੀਗ੍ਰੇਸ਼ਨ ਹਿਸਟਰੀ ਵੀ ਐਵੇਂ ਦੀ ਆ, ਕੀ ਇਸ ਤਰ੍ਹਾਂ ਹੋ ਸਕਦਾ ਕਿ ਮੈਂ, ਇਹ ਨਾ ਹੋਵੇ ਕਿ ਮੇਰੇ ਕੋਲ ਜਾਇਆ ਹੀ ਨਾ ਜਾਵੇ ਕਿ ਮੇਰੇ ਵਾਈਫ ਹੀ ਹੁਣ ਉੱਥੇ, ਮੈਂ ਖਰਚਾ ਵੀ ਕਰਤਾ ਸਾਰਾ ਕੁਛ, ਅਸੀਂ ਫੀਸ ਵੀ ਪੇ ਕਰਤੀ ਆ। ਐਂਡ ਮੈਂ ਉਦੋਂ ਇਹੀ ਕਿਹਾ ਸੀ ਕਿ ਭਾਜੀ ਜੇ ਵੀਜ਼ਾ ਨਾ ਲੱਗੂਗਾ ਫਿਰ ਜਦੋਂ PR PNP ਅਪਲਾਈ ਕਰਨਗੇ ਉਦੋਂ ਤੇ ਫਿਰ ਤੁਸੀਂ ਜਾ ਹੀ ਸਕਦੇ, ਫਿਰ ਤੁਹਾਨੂੰ ਪੇਸ਼ੈਂਸ ਰੱਖਣੀ ਪੈਣੀ, ਵੇਟ ਕਰਨੀ ਪੈਣੀ, ਕਿਉਂਕਿ ਸਰ ਅਸੀਂ ਕਹਿ ਨਹੀਂ ਸਕਦੇ ਕਿਸੇ ਨੂੰ, ਤੁਹਾਨੂੰ ਪਤਾ ਹੀ, ਤੁਸੀਂ ਵੀ ਰੋਕਿਆ ਕਿ ਜੇ ਤੁਹਾਨੂੰ ਲੱਗਦਾ ਵੀ ਆ ਕਿਸੇ ਦਾ ਵੀਜ਼ਾ ਲੱਗ ਜਾਣਾ, ਉਹਨੂੰ ਕਹੋ ਨਾ ਕਿ ਤੇਰਾ ਵੀਜ਼ਾ ਲੱਗਣ ਦੇ ਚਾਂਸਸ ਹੈਗੇ, ਫਿਰ ਉਹਦੀ ਐਕਸਪੈਕਟੇਸ਼ਨ ਜਿਹੜੀ ਉਹ ਵੱਧ ਜਾਂਦੀ, ਫਿਰ ਜਦੋਂ ਰਿਫਿਊਜ਼ਲ ਆਉਂਦੀ ਹੈ ਫਿਰ ਉਹਨੂੰ ਇਹ ਗੱਲ ਪਿੰਚ ਕਰਦੀ ਹੈ ਕਿ ਤੁਸੀਂ ਤੇ ਕਿਹਾ ਸੀ ਲੱਗ ਜਾਣਾ। Yeah, we are mentally ready ke ek baar do baar tin baar bhi sade kol cases hain jehde do tin baar refuse ho chuke hain, and I'm very worried about them, and I try to do ke jo apan kar sakde hain apan kar rahe hain, lekin koi eh na samjhe ke bhai case se sade kol aa gaya te pehli baar visa lag jana, is tarah nahi hai, but you know unfortunately sometimes there are always critical. ਮੈਂ ਇੰਟਰਵਿਊ ਵੀ ਐਕਸਪੈਕਟ ਕਰ ਰਿਹਾ ਸੀ ਕਿ ਸ਼ਾਇਦ ਕਲੈਰਿਟੀ ਨਾ ਹੋਵੇ, ਉਹਨਾਂ ਨੂੰ ਕੁਝ ਪੁੱਛਣਾ ਵੀ ਹੋਵੇ, ਕੁਝ ਨਾ ਕੁਝ ਹਿਸਟਰੀ ਬਾਰੇ ਪੁੱਛਣਾ, ਕਿਉਂਕਿ ਜਿਹੜੇ ਫੋਟੋਗ੍ਰਾਫ ਸੀ ਉਹ ਸਾਰੇ ਕਲੀਅਰ ਕਰਦੀ ਸੀ ਸਾਡਾ ਰਿਲੇਸ਼ਨਸ਼ਿਪ, ਬਟ ਜਿਹੜੇ ਮੇਰੇ ਪਿਛਲੇ ਬੈਕ ਹਿਸਟਰੀ ਸੀ ਉਹ ਮੈਂ ਕਿਹਾ ਸ਼ਾਇਦ ਉਹ ਕਨਫਰਮ ਕਰਨ, ਇੰਟਰਵਿਊ ਆਉਂਦੀ ਨਾ ਭਾਜੀ ਉਹ ਜ਼ਿਆਦਾ ਇੰਟਰਵਿਊ ਉਹਨਾਂ ਕੇਸਸ ਦੇ ਵਿੱਚ ਆਉਂਦੀ ਜਦੋਂ ਉਹਨਾਂ ਨੂੰ ਰਿਲੇਸ਼ਨਸ਼ਿਪ ਤੇ ਡਾਊਟ ਹੋਵੇ, ਪਰ ਜਿਸ ਤਰੀਕੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਜਿਵੇਂ ਤੁਸੀਂ ਸ਼ੋਅ ਕੀਤਾ ਸੀ, ਜਿਵੇਂ ਉਹ ਸਾਰੀ PDF ਬਣਾਈ, ਤੁਹਾਡੀ ਵਾਈਫ ਨੇ ਬੜੀ ਮਿਹਨਤ ਕੀਤੀ, ਮੈਂ ਵੇਖਿਆ ਆ ਸਾਡੀ ਹੋਰ ਵੀ ਕਲਾਇੰਟਸ ਆ, ਉਹਨਾਂ ਦੀ ਵਾਈਫ ਨੂੰ ਕਹੀਏ ਕਿ ਤੁਸੀਂ ਇਸ ਤਰ੍ਹਾਂ ਬਣਾਓ, ਕਹਿੰਦੇ ਸਾਡੇ ਕੋਲ ਨਹੀਂ ਬਣਦਾ। ਜੀ ਸਰ ਜੀ, ਮਿਹਨਤ ਲੱਗੀ ਹੈ, ਸਾਰੇ ਦੀ ਮਿਹਨਤ ਬਹੁਤ ਲੱਗੀ ਹੈ, ਤੇ ਤੁਹਾਡੀ ਵੀ ਮਿਹਨਤ ਹੈ ਇਹਦੇ ਵਿੱਚ। ਮੈਨੂੰ ਕਈ ਜਾਣਿਆਂ ਨੇ ਮਨਾ ਕਰਤਾ ਸਰ ਅਸੀਂ ਹੀ ਬਣਾ ਸਕਦੇ ਇਸ ਤਰ੍ਹਾਂ, ਤੇ ਤੁਸੀਂ ਕਰ ਲਓ ਜੋ ਕਰਨਾ, ਇਸ ਤਰ੍ਹਾਂ ਲਾ ਦਿਓ, ਸਿੰਪਲ ਲਾ ਦਿਓ, ਲਾ ਦਿਓ, ਕਿਉਂਕਿ ਉਹਦੇ ਵਿੱਚ ਸਾਰਾ ਕੁਝ ਲਿਖਣਾ ਕਿ ਇਸ ਟਾਈਮ ਤੇ ਅਸੀਂ ਆਹ ਫੀਲ ਕੀਤਾ, ਇਸ ਜਗ੍ਹਾ ਤੇ ਸੀ, ਉਹ ਅਸੀਂ ਥੋੜਾ ਲਿਖ ਸਕਦੇ, ਉਹ ਜੋ ਅਸੀਂ ਐਕਸਪੀਰੀਅੰਸ ਕੀਤਾ ਅਸੀਂ ਕਿਵੇਂ ਲਿਖ ਸਕਦੇ ਹਾਂ। ਇਵਨ ਜਦ ਮੈਂ ਇੱਥੇ ਬਣਾ ਰਹੀ ਸੀ ਉਹ PDF, ਲਾਈਕ ਮੇਰੇ ਜੋ ਰੂਮਮੇਟਸ ਐਂਡ ਆਲ, ਉਹ ਕਹਿੰਦੇ ਸੀ ਤੁਹਾਡੇ ਏਜੰਟ ਕਿਉਂ ਨਹੀਂ ਬਣਾਉਂਦੇ, ਫਿਰ ਮੈਂ ਵੀ ਲਾਈਕ ਇਹ ਸਭ ਤਾਂ ਮੈਨੂੰ ਵੀ ਪਤਾ ਹੈ, ਵਹੀ ਬਣਾਉਂਗੀ, ਉਹਨਾਂ ਨੂੰ ਤਾਂ ਪਤਾ ਨਹੀਂ ਅਸੀਂ ਕਿਸ ਸਪੋਟ ਤੇ ਕਦੋਂ ਮਿਲਿਆ, ਕਿਸ ਡੇਟ ਤੇ, ਕਹਿੰਦੇ ਇਹ ਤਾਂ ਏਜੰਟ ਨੂੰ ਬਣਾਉਣਾ ਚਾਹੀਦਾ, ਬਟ ਏਜੰਟ ਨੂੰ ਜੋ ਚੀਜ਼ਾਂ ਨਹੀਂ ਪਤਾ ਉਹ ਕਿੱਦਾਂ ਕਰ ਸਕਦੇ, ਇਹ ਸਭ ਤਾਂ ਸਾਡੇ ਹੱਥ ਆ, ਅਸੀਂ ਕਿੱਦਾਂ ਉਹਨੂੰ ਲੈਬਰੇਟ ਕਰਕੇ ਦੱਸਾਂਗੇ। ਉਹਦਾ ਜਵਾਬ ਮੈਂ ਇੱਕ ਹੋਰ ਦੇ ਦਿਆਂ ਉਹਨਾਂ ਨੂੰ, ਤੁਸੀਂ ਮੇਰੇ ਵੱਲੋਂ ਜਵਾਬ ਦੇ ਦੇਣਾ, ਬਾਕੀ ਇਹ ਵੀਡੀਓ ਵੀ ਦਿਖਾ ਦੇਣਾ ਉਹਨਾਂ ਨੂੰ ਕਿ ਸਾਡਾ ਕੰਮ ਇੱਕ ਕਲਰੀਕਲ ਬੁੱਕ ਕੀਪਿੰਗ ਜਾਂ ਟਾਈਪਿੰਗ ਨਹੀਂ ਹੈ, ਸਾਡਾ ਕੰਮ ਹੈ ਲੋਅ ਪ੍ਰੈਕਟਿਸ, ਉਹਦੇ ਵਿੱਚ ਜੋ ਕਾਨੂੰਨੀ ਬਰੀਕੀਆਂ ਹੈ ਉਸ ਚੀਜ਼ ਨੂੰ ਸਾਹਮਣੇ ਲਿਆ ਕੇ ਉਹਨੂੰ ਐਕਸਰੇ ਕਰਕੇ ਉਹਨੂੰ ਪੇਸ਼ ਕਰਨਾ। ਇਨਫੋਰਮੇਸ਼ਨ ਤਾਂ ਕੋਈ ਵੀ ਟਾਈਪ ਕਰ ਸਕਦਾ ਹੈ, ਲੋਕੀ ਟਾਈਪ ਕਰਦੇ ਹੀ ਹੈ, ਜਿਹੜੇ ਏਜੰਟ ਵਗੈਰਾ ਜਿਹੜੇ ਕੰਸਲਟੈਂਟ ਟਰੈਵਲ ਏਜੰਟ ਪੰਜਾਬ ਤੋਂ ਕਰਦੇ ਹੈ, ਜਿਹੜੇ ਉਹ ਕਰਦੇ ਹੀ ਹੈ, ਸੋ ਜਿਹੜੇ ਉਹ ਤਾਂ ਟਾਈਪਿੰਗ ਸਰਵਿਸ ਹੈ, ਉਹ ਤਾਂ ਕੋਈ ਐਨੀਬਡੀ ਕੈਨ ਟਾਈਪ ਐਨੀਥਿੰਗ, ਸੋ ਪਰ ਉਹ ਸਾਡਾ ਕੰਮ ਨਹੀਂ ਹੈ, ਮੇਰਾ ਕੰਮ ਨਹੀਂ ਹੈ, ਤੁਸੀਂ ਇਹਦੇ ਚ ਸਾਡੇ ਕੋਲ ਮੈਂ ਕਦੇ ਟਾਈਪ ਨਹੀਂ ਕੀਤਾ ਕੁਝ ਅਜ ਤੱਕ। ਦੋ ਐਕਸਪਰਟ ਆ ਜਿਹੜੇ ਸਾਈਬਰ ਦੇ ਜਿਹੜੇ IT ਦੇ ਵਿੱਚ ਆ, ਉਹੀ ਇਹ ਸਾਰਾ ਕੁਝ PDFs ਬਣਾਉਂਦੇ ਆ,
ਕਿਉਂਕਿ ਅਸੀਂ ਅਸੀਂ ਇਹ ਕੰਮ ਕਰ ਅਸੀਂ ਤਾਂ ਸਿਰਫ ਇਹ ਦੇਖਣਾ ਕਿਹੜਾ ਡਾਕੂਮੈਂਟ ਲੱਗਣਾ ਕਿਹੜਾ ਨਹੀਂ ਲੱਗਣਾ ਕਿਹੜੇ ਆਰਡਰ ਦੇ ਵਿੱਚ ਕਿਹੜਾ ਕੀ ਅਸੀਂ ਵੀਜ਼ਾ ਆਫਿਸਰ ਨੂੰ ਦਿਖਾਉਣਾ ਚਾਹੁੰਦੇ ਹਾਂ ਕਿਹੜੀ ਚੀਜ਼ ਜਿਹੜੀ ਅਸੀਂ ਸਾਈਡ ਤੇ ਰੱਖਣਾ ਚਾਹੁੰਦੇ ਅਸੀਂ ਸਿਰਫ ਇਹੀ ਕਰਦੇ ਹਾਂ ਬਾਕੀ ਕੰਮ ਕਈ ਕੰਮ ਸਾਨੂੰ ਕਹਿ ਦਿੰਦੇ ਤੁਸੀਂ ਕਰੋ ਅਸੀਂ ਕਿਹਾ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਕਰ ਸਕਦੇ ਜੇ ਠੀਕ ਹੈ ਅਸੀਂ ਤੁਹਾਨੂੰ ਐਕਸਪਰਟ ਦੱਸ ਦਿੰਦੇ ਉਹਨਾਂ ਕੋਲੋਂ ਇਹ ਸਾਰਾ ਕੁਛ ਤੁਸੀਂ ਸਾਨੂੰ ਡਾਕੂਮੈਂਟ ਭੇਜ ਦਿਓ ਅਸੀਂ ਉਹਨਾਂ ਨੂੰ ਫਾਰਵਰਡ ਕਰਕੇ ਬਣਵਾ ਲਾਂਗੇ ਪਰ ਜੇ ਤੁਸੀਂ ਕਹੋ ਅਸੀਂ ਇਹ ਸਾਰਾ ਕੁਛ ਕਰੀਏ ਅਸੀਂ ਤੇ ਕਰ ਹੀ ਨਹੀਂ ਸਕਦੇ ਪੋਸੀਬਲ ਹੀ ਨਹੀਂ ਹੈ ਜੋ ਤੁਸੀਂ ਐਕਸਪੀਰੀਅੰਸ ਕੀਤਾ ਸੀ ਕਿਵੇਂ ਉਹਦੇ ਵਿੱਚ ਟਾਈਪ ਕਰ ਸਕਦੇ ਜੀ ਪਰ ਮੈਨੂੰ ਮੈਨੂੰ ਤਸੱਲੀ ਬਹੁਤ ਹੁੰਦੀ ਹੈ ਜਿਸ ਤਰ੍ਹਾਂ ਦੇ ਅਗਰ ਕੋਈ ਜਦ ਤੱਕ ਰਿਫਿਊਜ਼ ਕੇਸਿਸ ਪਾਸ ਨਹੀਂ ਹੁੰਦੇ ਨਾ ਤਦ ਤੱਕ ਮੈਨੂੰ ਲੱਗਦਾ ਕਿ ਸਾਡਾ ਮਤਲਬ ਇਸ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਤੇ ਫਿਰ ਕੋਈ ਹੋਰ ਦੁਕਾਨ ਕਰ ਲਈਏ ਫਿਰ ਆਪਾਂ ਕੋਈ ਟੈਕਸੀ ਚਲਾ ਲਈਏ ਕੋਈ ਹੋਰ ਕੰਮ ਬਿਜ਼ਨਸ ਦੇਖ ਲਈਏ ਪਰ ਆਹ ਜਿਹੜਾ ਕੰਮ ਅਸੀਂ ਕਰਦੇ ਹਾਂ ਨਾ ਇਹ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਜਨਮ ਹੀ ਹੋਇਆ ਕਿ ਲੋਕਾਂ ਦੀ ਜਿਹੜੇ ਰਿਫਿਊਜ਼ ਕੇਸ ਹੈ ਉਹਨਾਂ ਨੂੰ ਕਰਨ ਲਈ ਬਾਕੀ ਫਰੈਸ਼ ਕੇਸਿਸ ਮੈਂ ਆਈ ਡੋਂਟ ਲਾਈਕ ਟੂ ਟੇਕ ਫਰੈਸ਼ ਕੇਸਿਸ ਜਦ ਤੱਕ ਲੋਕਾਂ ਦੇ ਮਤਲਬ ਦੋ ਤਿੰਨ ਵਾਰ ਤਿੰਨ ਚਾਰ ਵਾਰ ਰਿਫਿਊਜ਼ ਨਹੀਂ ਹੁੰਦੇ ਆਈ ਡੋਂਟ ਫੀਲ ਸੈਟਿਸਫੈਕਸ਼ਨ ਕਿ ਵੀ ਹਾਂ ਬਈ ਸਾਡਾ ਕੁਛ ਮਤਲਬ ਅਸੀਂ ਕੁਛ ਕੰਮ ਕੀਤਾ ਹੀ ਨਹੀਂ ਹੈ ਬਟ ਨਾ ਐਨੀਵੇ ਟੁਡੇ ਇਜ਼ ਅ ਡੇ ਫੋਰ ਯੂ ਐਂਡ ਹਸਬੈਂਡ ਐਂਡ ਵਾਈਫ ਤੁਸੀਂ ਅੱਜ ਸੈਲੀਬ੍ਰੇਟ ਕਰੋ ਤੁਸੀਂ ਕਰੋ ਕੱਲ੍ਹ ਜਾ ਕੇ ਤੁਸੀਂ ਆਪਣਾ ਕੱਲ੍ਹ ਫਰਾਈਡੇ ਹੈ ਕੱਲ੍ਹ ਜਾ ਕੇ ਆਪਣਾ ਪਾਸਪੋਰਟ ਵਾਲਾ ਯੂ ਨੋ ਯੂ ਕੈਨ ਸਬਮਿਟ ਮੇਰੇ ਖਿਆਲ ਹੈ ਕਿ ਵਿਦ ਇਨ ਵਨ ਔਰ ਟੂ ਵੀਕਸ ਯੂ ਸ਼ੁਡ ਗੈਟ ਦ ਪਾਸਪੋਰਟ ਤੇ ਆਪਣੀ ਬੁੱਕ ਬੁਕਿੰਗ ਟਿਕਟ ਬੁੱਕ ਕਰਾਓ ਤੇ ਗੇਟਵੇ ਆਫ ਇੰਡੀਆ ਨੂੰ ਬਾਏ ਬਾਏ ਕਰੋ ਫਿਰ ਟਿਕਟ ਹੁਣੇ ਬੁੱਕ ਕਰਵਾ ਲਓ ਕਿਉਂਕਿ ਪਤਾ ਨਹੀਂ ਇਹਨਾਂ ਦਾ ਕੱਲ ਕੀ ਅਨਾਉਂਸ ਕਰਦੇ ਰੂਲ ਚੇਂਜ ਹੋ ਜਾਂਦਾ ਰੂਲ ਨਹੀਂ ਹੋ ਸਕਦਾ ਇਹਨਾਂ ਦੀ 에ਅਰਲਾਈਨ ਜਿਹੜੀ ਆ 에ਅਰ ਕੈਨੇਡਾ ਹੀ ਆ ਹੁਣ ਤੇ ਸਭ ਤੋਂ ਸੇਫ ਉਹ ਵੀ ਆਪਣੀਆਂ ਫਲਾਈਟਸ ਬੰਦ ਕਰ ਸਕਦੀ ਹੈ ਇੰਡੀਆ ਤੋਂ ਸੋ ਤੁਸੀਂ ਜਿੰਨੀ ਜਲਦੀ ਹੋ ਸਕਦਾ ਟਿਕਟ ਕਰਵਾ ਲਓ ਹੁਣ ਪਾਸਪੋਰਟ ਭੇਜ ਦਿਓ ਤੇ ਫਿਰ ਕਿਉਂਕਿ ਜੇ ਜੇ 에ਅਰ ਕੈਨੇਡਾ ਤੁਹਾਡੀ ਟਿਕਟ ਨੂੰ ਕੈਨਸਲ ਕਰਦੀ ਫਿਰ ਉਹ ਤੁਹਾਨੂੰ ਪੂਰਾ ਰੀਫੰਡ ਕਰੂਗੀ ਸੋ ਤੁਸੀਂ ਸੇਫ ਜੇ ਦੂਸਰਾ ਜਿਸ ਤਰ੍ਹਾਂ ਦੂਸਰਾ ਜਿਸ ਤਰ੍ਹਾਂ ਅਮਰੀਕਾ ਨੇ ਬੰਦ ਕਰਤਾ ਨਾ ਸਾਰੇ ਜਿਹੜੇ ਯੂਰਪ ਤੋਂ ਟਰੈਵਲਰ ਵਾਲਾ ਇੱਦਾਂ ਨਾ ਹੋ ਕਿ ਕੈਨੇਡਾ ਨੇ ਵੀ ਇੱਕ ਕੁਛ ਹਫ਼ਤੇ ਬਾਅਦ ਕਹਿੰਦਾ ਕਿ ਵੀ ਅੱਜ ਫਰੈਸ਼ ਐਂਟਰੀ ਆਉਣਾ ਬੰਦ ਹੋ ਗਈ ਯੂ ਨੈਵਰ ਨੋ ਐਨੀਥਿੰਗ ਕੈਨ ਹੈਪਨ ਯੂ ਬੈਟਰ ਯੂ ਬੈਟਰ ਟੇਕ ਐਕਸ਼ਨ ਇਮੀਡੀਏਟਲੀ ਸਰ ਉਹੀ ਮੈਂ ਪੁੱਛਿਆ ਸੀਗਾ ਕਿ ਮੈਂ ਫਟਾਫਟ ਜਿਵੇਂ ਕਰ ਲਾਂ ਉਹਨੂੰ ਆਫਿਸ 'ਚ ਵੀ ਕਹਿਣਾ ਪਏਗਾ ਥੋੜਾ ਜਲਦੀ ਕਿਉਂਕਿ ਉੱਥੇ ਵੀ ਨੋਟਿਸ ਪੀਰੀਅਡ ਸੀਗਾ ਬਟ ਉਹ ਕਹਿ ਦਾਂਗਾ ਕੁਝ ਚਲੋ ਥੈਂਕਸ ਸੋ ਮਚ ਸਰ ਥੈਂਕਸ ਅ ਲੋਟ ਠੀਕ ਹੈ ਥੈਂਕ ਯੂ ਸਰ ਹੁਣ ਤਾਂ ਮੈਨੂੰ ਨੀਂਦ ਵੀ ਨਹੀਂ ਆਉਣੀ ਮੈਂ ਤਾਂ 5:30 ਹੋ ਗਏ ਮੈਂ ਹੁਣ ਚੱਲਿਆ ਗੁਰਦੁਆਰੇ ਵੀ ਮੱਥਾ ਟੇਕ ਲਿਆ ਓਕੇ ਟੇਕ ਕੇਅਰ ਤੁਹਾਡਾ ਫੋਨ ਥੈਂਕ ਯੂ ਸਰ ਬਾਏ ਬਾਏ ਸਰ ਥੈਂਕ ਯੂ ਸੋ ਮਚ ਸਰ ਬਾਏ 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 ਥੈਂਕ ਯੂ